ਇਹਦਾ ਪਹਿਲਾ ਰੀਜ਼ਨ ਹੈਗਾ ਕਿ ਸਿੱਖ ਸਿੱਖੀ ਨੂੰ ਭੁੱਲ ਗਏ। ਬਾਣੀ ਮਸਾ ਕੋਈ ਪੜ੍ਹਦਾ ਅੱਜ ਕੱਲ੍ਹ, ਹੈ ਨਾ? ਲੋਕ ਕਹਿੰਦੇ ਯਾਰ ਬਾਣੀ 'ਚ ਕੀ ਹੈ, ਆਪਣਾ ਕੰਮ ਕਰੋ, ਚੰਗੇ ਇਨਸਾਨ ਬਣੋ, ਬਸ। ਉਹਦੇ ਨਾਲ ਕੀ ਹੋ ਰਿਹਾ, ਅਸੀਂ ਗੁਰੂ ਦੀ ਮੱਤ ਛੱਡ ਰਹੇ ਹਾਂ। ਮਹਾਰਾਜ ਕਹਿੰਦੇ ਗੁਰ ਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ। ਚੱਜ ਦਾ ਜੀਣਾ ਸਿੱਖ ਲਓ ਗੁਰੂ ਸਾਹਿਬ ਤੋਂ, ਕਿ ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਉ ਨਵੇਂ, ਜਿਨਕੀ ਲਿਖੇ ਪਤਵੇ ਚੰਗੇ ਸਹੀ ਕੇ, ਕਿ ਉੱਥੇ ਜਾਤ ਪਾਤ ਦਾ ਨਿਬੇੜਾ ਨਹੀਂ ਹੋਣਾ, ਉੱਥੇ ਅਮਲਾਂ ਦੇ ਹੋਣੇ ਨਿਬੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ, ਕੋਈ ਜਾਤ ਨਹੀਂ ਪੁੱਛਦਾ ਅੱਗੇ ਜਾ ਕੇ, ਠੀਕ ਹੈ ਨਾ? ਜਿਹਦੇ ਸਿੱਖ ਨੇ ਸਮਝ ਆ ਗਈ ਕਿ ਪੰਜ ਪਿਆਰੇ ਵੱਖਰੇ ਵੱਖਰੇ ਜਾਤ ਦੇ ਸੀਗੇ, ਉਹਨੇ ਫਿਰ ਮਾਣ ਨਹੀਂ ਕਰਨਾ, ਹੈ ਨਾ? ਅਤੇ ਇੱਥੇ ਕੀ ਹੋ ਰਿਹਾ ਕਿ ਸਿੱਖ ਸਿੱਖੀ ਨੂੰ ਛੱਡ ਕੇ ਪੰਜਾਬੀ ਬਣ ਰਹੇ ਨੇ ਹਮੇਸ਼ਾ ਦੁਬਾਰਾ। ਪਹਿਲੇ ਸਿੱਖ ਸਿੱਖ ਸੀਗੇ, ਅਤੇ ਹਿੰਦੂ ਹਿੰਦੂ, ਅਤੇ ਮੁਸਲਮਾਨ ਪੰਜਾਬੀ ਸੀਗੇ। ਹੁਣ ਆਪਾਂ ਸਾਰੇ ਪੰਜਾਬੀ ਬਣ ਗਏ, ਮਸਾ ਕੋਈ ਸਿੱਖ ਰਿਹਾ, ਪੰਜਾਬੀ ਹਮੇਸ਼ਾ ਵਾਪਸ ਆ ਰਹੀ ਹੈ। ਹੁਣ ਆਪਾਂ ਸਿੱਖੀ ਵੱਲ ਜਾਣਾ ਹੈ, ਪਹਿਲਾ ਕਾਰਨ ਇਹ ਹੈਗਾ ਪ੍ਰਚਾਰ ਦਾ ਘਾਟਾ, ਅਤੇ ਸਿੱਖੀ ਸਿੱਖ ਬਣ ਨਹੀਂ ਰਹੇ, ਸਿੱਖ ਸਿੱਖ ਨਹੀਂ ਬਣ ਰਹੇ। ਦੂਜੀ ਗੱਲ, ਜਦੋਂ ਗੋਰੇ ਲੋਕ ਇੱਥੇ ਆਏ ਸੀਗੇ ਅੰਗਰੇਜ਼, ਉਹਨਾਂ ਨੇ ਹਰੇਕ ਚੀਜ਼ ਨੂੰ ਜਾਤ ਪਾਤ ਦੇ ਮੁਤਾਬਿਕ ਕਰਨਾ, ਉਹ ਜਾਤ ਨੂੰ ਮੰਨਦੇ ਸੀਗੇ, ਉਹ ਚਾਹੁੰਦੇ ਨਹੀਂ ਸੀਗੇ ਕਿ ਆਪਾਂ ਇਸ ਸਿਸਟਮ ਨੂੰ ਤੋੜੀਏ। ਉਹ ਇਹਨਾਂ ਖੁਸ਼ ਸੀਗੇ, ਸਟੇਬਿਲਿਟੀ ਸੀਗੀ ਉਹਦੇ ਵਿੱਚ, ਅਤੇ ਉਹ ਕੰਮ ਜੇ ਗੁਰੂ ਸਾਹਿਬ ਨੇ ਮਿਟਾਤਾ ਸੀਗਾ, ਉਹ ਵਾਪਸ ਲੈ ਕੇ ਆ ਗਿਆ ਪੰਜਾਬ ਦੇ ਵਿੱਚ। ਜਾਤ ਰੈਜੀਮੈਂਟ ਬਣਾਤੀ, ਜੱਟਾਂ ਦੀ ਰੈਜੀਮੈਂਟ ਬਣਾਤੀ, ਜੱਟ ਸੋਚਣ ਲੱਗ ਪਏ ਆਪਾਂ ਤਾਂ ਬਹੁਤ ਤਕੜੇ ਹੈਗੇ, ਹੈ ਨਾ? ਫਿਰ ਉੱਥੇ ਤਰਖਾਣਾ ਨੂੰ ਮਾੜਾ ਕਹਿਤਾ, ਉਹਨਾਂ ਨੂੰ ਮਿਸਤਰੀ ਬਣਾਤਾ। ਤਰਖਾਣ ਹਰੀ ਸਿੰਘ ਆਲੂਵਾਲੀਆ ਦੇਖ ਲਓ, ਸਾਡੇ ਜੱਸਾ ਸਿੰਘ ਆਲੂਵਾਲੀਆ ਤਕੜੇ ਸੀਗੇ, ਲੜਦੇ ਸੀਗੇ, ਪਰ ਅਸੀਂ ਦੱਸਤਾ ਉਹਨਾਂ ਨੂੰ ਕਿ ਬਈ ਤੁਸੀਂ ਮਿਸਤਰੀ ਹੈਗੇ ਹੋ, ਹੈ ਨਾ? ਹੁਣ ਇਹ ਕੀ ਹੋ ਗਿਆ ਕਿ ਉੱਥੇ ਅਸੀਂ ਫਰਕ ਪਾਤਾ ਆਪ ਗੋਰਿਆਂ ਦੇ ਰਾਹੀਂ, ਅਤੇ ਅੰਗਰੇਜ਼ੀ ਗਲਤੀਆਂ ਸੀਗੀਆਂ, ਸਾਡੀ ਵੀ ਗਲਤੀਆਂ ਹੈਗੀਆਂ, ਅਤੇ ਇਹਨੂੰ ਅਸੀਂ ਸੁਧਾਰ ਸਕਦੇ ਹੈਗੇ ਹਾਂ। ਕਿਵੇਂ ਸੁਧਾਰੀਏ? ਬਾਣੀ ਪੜ੍ਹ ਕੇ ਆਪਾਂ ਇਹਦਾ ਪ੍ਰਚਾਰ ਕਰੀਏ ਕਿ ਬਈ ਜਾਤ ਪਾਤ ਨੂੰ ਛੱਡੋ, ਖਾਸ ਕਰਕੇ ਜਿਹੜੇ ਲੋਕ ਹੁਣ ਸ਼ਹਿਰ ਵਿੱਚ ਰਹਿੰਦੇ ਹੈਗੇ ਹੈ, ਹੈ ਨਾ? ਉਹ ਵਿਆਹ ਕਰਨ ਅਤੇ ਜਾਤ ਨੂੰ ਤੋੜੀਏ, ਹੈ ਨਾ? ਕਿਉਂਕਿ ਇਹਨੂੰ ਤੋੜਨਾ ਆਪਾਂ। ਨੋਰਮਲੀ ਆਮ ਇਨਸਾਨ ਜਾਤ ਬਾਰੇ ਕੁਛ ਨਹੀਂ ਸੋਚਦਾ, ਸਿੱਖਾਂ ਵਿੱਚ ਕਦੋਂ ਇਹ ਗੱਲ ਖੜੀ ਹੁੰਦੀ ਹੈਗੀ ਹੈ? ਵਿਆਹ ਦੇ ਵੇਲੇ, ਵਿਆਹ ਵੇਲੇ ਪੁੱਛਦੇ ਨੇ, ਹਾਂਜੀ ਤੁਹਾਡੀ ਕੀ ਜਾਤ ਹੈਗੀ ਹੈ? ਉਸ ਨੋਰਮਲੀ ਨਹੀਂ ਪੁੱਛਦੇ, ਸਿਰਫ ਵਿਆਹ ਵੇਲੇ। ਅਤੇ ਇੱਕ ਖਾਣ ਵੇਲੇ ਹੁੰਦਾ ਸੀਗਾ ਪੁਰਾਣੇ ਜ਼ਮਾਨੇ ਵਿੱਚ, ਖਾਣ ਵੇਲੇ। ਹੁਣ ਲੱਕੀਲੀ ਮਾਂ ਜੀ ਕਿਰਪਾ ਦੇ ਨਾਲ ਆਪਾਂ ਲੰਗਰ ਛਕਰ ਵੇਲੇ ਨਹੀਂ ਪੁੱਛਦੇ, ਅਤੇ ਨੋਰਮਲੀ ਸਿੱਖ ਜਿਹੜੇ ਹੈਗੇ ਹੈ ਉਹ ਭਾਈਚਾਰਾ ਹੈਗਾ ਖਾਣ ਦਾ, ਅਤੇ ਉਸ ਵੇਲੇ ਆਪਾਂ ਨਹੀਂ ਪੁੱਛਦੇ ਕਿ ਤੁਹਾਡੀ ਕੀ ਜਾਤ ਹੈਗੀ ਹੈ। ਹਿੰਦੂ ਹਾਲੇ ਤੱਕ ਉਹਦੇ ਵਿੱਚ ਫਸੇ ਨੇ ਕਈ ਹਿੰਦੂ, ਕਿ ਖਾਣਾ ਨਹੀਂ ਉਹਨਾਂ ਦੇ ਨਾਲ, ਲੋ ਜਾਤ ਦੇ ਹੈਗੇ। ਬਸ ਇਹ ਹੈ ਕਿ ਆਪਾਂ ਉਹਨੂੰ ਕਿਵੇਂ ਮਿਟਾਈਏ, ਕਿਉਂ ਹੈਗਾ? ਸਿੱਖੀ ਤਾਂ ਪਰਫੈਕਟ ਹੈਗੀ ਹੈ, ਸਿੱਖੀ ਪੂਰਨ ਹੈ, ਗੁਰੂ ਸਾਹਿਬ ਪੂਰਨ ਹੈਗੇ, ਕੁਛ ਉੱਥੇ ਮਿਸਿੰਗ ਨਹੀਂ, ਕਮੀ ਸਾਡੇ ਵਿੱਚ ਹੈਗੀ ਹੈ। ਆਪਾਂ ਹੀ ਸੁਧਾਰਨਾ ਆਪਣੇ ਆਪ ਨੂੰ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।